मैं कहंदी थी है बे रोटी खा ली ते ओ रोटी ता मैं खा ली रोटी ता खाई फिरदा मैं सोचदा सी मैं हां मैं ब्रेटे जाया मां ते तू कुछ सौदा पत्ता लेना मेनू दस रसोई दा समान समून दा की हाल है मैं ब्रिटे जान दी सलाह बनाई जाना राशन पानी तो सारा हैगा है हां मैं कहंदी सी रज्जो नु दो सूट लिया दंदा रज्जो नु हां एक जोड़ी जप्पा लिया दंदा ओदे को जुत्ती है नहीं ओ टिक जा बथेरे हैगे ने ओ तू मैं तो तेनु सौदे पत्ते दी गल करिया तू लेके बैगी लीड़ा नु नाले रज्जो कोले थोड़े ने ਜਿਹੜੇ ਹੈਗੇ ਨੇ ਬਹੁਤ ਵਧੀਆ ਨੇ ਹਰੇਕ ਬੰਦਾ ਨੱਕ ਬੁੱਲ ਕੱਢੀ ਜਾਂਦਾ ਇਹ ਇਹੋ ਜਿਹੇ ਸੂਟ ਪਾਈ ਰੱਖਦੇ ਆ ਉਹੋ ਜਿਹੇ ਪਾਈ ਰੱਖਦੇ ਆ ਦੋ ਹੋਰ ਮੰਗਾਉਣ ਨੂੰ ਤਿਆਰ ਹੋ ਗਈ ਲੈ ਦੱਸ ਮੈਂ ਤੈਨੂੰ ਸੌਦਾ ਲੱਕੜੀ ਕੋਲ ਸੂਟ ਐਵੇਂ ਕਰੀ ਜਾਂਦਾ ਜੇ ਤੇਰੇ ਆਪ ਦੀ ਧੀ ਹੁੰਦੀ ਤੂੰ ਐਵੇਂ ਕਰਦਾ ਉਹ ਧੀ ਤਾਂ ਮੈਨੂੰ ਇਹ ਵੀ ਹੈ ਪਰ ਪਤਾ ਜਦੋਂ ਮੈਂ ਕਿਤੋਂ ਨਾ ਕਿਤੋਂ ਦੀ ਲੰਘਦਾ ਹਰੇਕ ਕਹਿੰਦਾ ਆ ਜਾਂਦਾ ਓਏ ਉਹਦਾ ਫੁੱਫੜ ਜਿਹੜੀ ਕੁੜੀ ਬਦਨਾਮ ਹੈ ਉਹਦਾ ਫੁੱਫੜ ਹੈ ਮੈਨੂੰ ਪਤਾ ਲੱਗਦਾ ਵੀ ਜਦੋਂ ਉਦੋਂ ਅਗਲਾ ਇਹ ਗੱਲ ਕਰਦਾ ਤੇ ਮੈਨੂੰ ਪਤਾ ਕਿਵੇਂ ਲੰਘਦਾ ਹੁਣ ਤੂੰ ਰਹਿਣ ਦੇ ਉਹਦੇ ਸ਼ੂਟਾਂ ਦੀ ਤੂੰ ਐਂ ਦੱਸ ਰਸੋਈ ਦੇ ਸਮਾਨ ਬਾਰੇ ਕੀ ਹੈਗਾ ਕਿ ਕਿਵੇਂ ਹੈ ਰਸੋਈ ਦਾ ਸਾਰਾ ਸਮਾਨ ਹੈਗਾ ਮੈਂ ਤਾਂ ਕਹਿੰਦੀ ਸੀ ਵੀ ਇੱਕ ਚੱਪਲਾਂ ਦਾ ਜੋੜਾ ਲਿਆ ਦਿੰਦੇ ਆ ਕਾਲਜ ਕੁੜੀ ਉਹੀ ਪਾ ਕੇ ਜਾਂਦੀ ਹੈ ਹੈ ਜੋ ਆਕੜੀ ਕੋਲ ਇੱਕ ਹੀ ਜੋੜਾ ਆਇਆ ਚੱਪਲਾਂ ਦਾ ਉਹੀ ਕਾਲਜ ਪਾ ਕੇ ਜਾਂਦੀ ਹੈ ਉਹੀ ਘਰ ਪਾਉਂਦੀ ਹੈ ਕਾਲਜ ਪਾ ਕੇ ਜਾਂਦੀ ਆ ਤੂੰ ਮੈਨੂੰ ਪੁੱਛ ਕੇ ਲਾਈ ਸੀ ਕਾਲਜ ਉਦ ਤੱਕ ਕਹਿੰਦੀ ਮੈਂ ਕਾਲਜ ਲਾਉਣਾ ਉਹਨੂੰ ਮੈਨੂੰ ਪੁੱਛ ਕੇ ਲਾਈ ਹੈ ਹੁਣ ਇਹਨਾਂ ਨਾਲ ਹੀ ਸਾਰ ਲੈ ਡੰਗ ਮੈਥੋਂ ਨਹੀਂ ਇਹੋ ਜਿਹਾ ਕੰਮ ਹੁੰਦਾ ਚੰਗੇ ਭਲੇ ਹੈਗੇ ਨੇ ਜਿਹੇ ਜੇ ਉਹੋ ਜੇ ਪਾਇਆ ਕਰੋ ਰੀਤੀ ਰਿਵਾਜ ਵਾਲੇ ਕਮਾਲ ਹੋ ਗਈ ਜੇ ਜਵਾਕੜੀ ਨੂੰ ਕਹਿ ਤਾ ਵੀ ਦੋ ਠੰਡੇ ਸੂਟ ਲਿਆ ਦੇ ਲਿਆ ਕੇ ਦੇ ਦੇ ਹਜੇ ਮੈਂ ਕੱਲ ਦੁੱਧ ਦੇ ਪੈਸੇ ਦਿੱਤੇ ਆ 4000 ਰੁਪਈਆ ਕਮਾਲ ਹੋ ਗਈ ਚੱਲ ਕੋਈ ਨੀ ਨਾ ਲਿਆ ਕੇ ਦੇ ਆਪ ਹੀ ਲਿਆ ਦੂੰਗੀ ਮੈਂ ਉਹਦੇ ਤਾਂ ਚੌੜੀ ਹੋ ਕੇ ਲਾਤੀ ਉਹਨੂੰ ਕਾਲਜ ਦੇ ਵਿੱਚ ਇਹ ਤਾਂ ਤੇਰਾ ਦਿਮਾਗ ਉਦੋਂ ਸੈੱਟ ਹੋਊ ਜਦੋਂ ਤੇਰੀਆਂ ਸਾਹਮਣੇ ਅੱਖਾਂ ਤੇ ਪੱਟੀ ਬੰਨੀ ਉਦੋਂ ਪਤਾ ਲੱਗੂ ਲੋਕ ਥੂ ਥੂ ਕਰਦੇ ਨੇ ਸਾਰੇ ਪਿੰਡ 'ਚ ਬਦਨਾਮ ਹੋਈ ਪਈ ਆ ਉਹ ਹੇ ਰੱਬਾ ਇਦਾਂ ਤਾਂ ਤੂੰ ਸਾਨੂੰ ਆਪਦੇ ਧੀ ਪੁੱਤ ਦੇ ਦਿੰਦਾ ਸਾਨੂੰ ਕੀ ਲੋੜ ਸੀ ਇਹ ਕਹਿੰਦੀ ਮੈਂ ਤਾਂ ਆਪਦੀ ਭਤੀਜੀ ਨੂੰ ਗੋਦ ਲਊ ਲੈ ਲਈ ਨਾ ਕਿਸੇ ਚੱਜ ਦੀ ਨਾ ਹਾਲ ਦੀ ਨਾ ਕਿਉਂ ਬੋਲੀ ਜਾਂਦਾ ਸਾਲ ਹੋ ਗਿਆ ਕਾਲਜ ਲਾਈ ਨੂੰ ਕੁੜੀ ਨੂੰ ਜੋ ਆਕੜੀ ਨੇ ਦਵਾਇਆ ਕਿਉਂ ਲਾਂਬਾ ਤੈਨੂੰ ਹਾਂ ਤੈਨੂੰ ਕੀ ਪਤਾ ਘਰੇ ਬੈਠੀ ਨੂੰ ਮੈਂ ਆਪਦੇ ਅੱਖੀ ਨਾ ਅੱਖੀ ਦੇਖਦਾ ਜਦੋਂ ਬੱਸ ਤੇ ਚੜ੍ਹਦੀ ਹੈ ਉਦੋਂ ਵੀ ਮੋਬਾਈਲ ਇੱਥੇ ਹੁੰਦਾ ਜਦੋਂ ਉਤਰਦੀ ਹੈ ਉਦੋਂ ਵੀ ਇੱਥੇ ਹੁੰਦਾ ਹਰ ਵਕਤ ਤਾਂ ਮੋਬਾਈਲ ਰੱਖਦੀ ਹੱਥ 'ਚ ਉਹ ਮੈਨੂੰ ਪਤਾ ਮੇਰੀ ਧੀ ਦਾ ਹਾਂ ਤੇ ਮੈਨੂੰ ਨਹੀਂ ਪਤਾ ਜਦੋਂ ਬੱਸ 'ਚੋਂ ਉਤਰਦੀ ਚੜ੍ਹਦੀ ਨੂੰ ਮੈਂ ਦੇਖਦਾ ਤੇ ਲੋਕ ਸਾਰੇ ਥੂ ਥੂ ਕਰਦੇ ਆ ਆ ਜਾਂਦਾ ਉਹਦਾ ਫੁੱਫੜ ਹਰੇਕ ਦਾ ਉਹ ਕੁੜੀ ਦਾ ਫੁੱਫੜ ਹੈ ਇਹ ਜਦੋਂ ਅਗਲਾ ਐਂ ਕਹਿੰਦਾ ਬਾਲਾ ਨਾ ਬੋਲ ਮੇਰੇ ਨਾਲ ਆਇਆ ਵੱਡਾ ਹੈ ਕੋਈ ਕੋਈ ਨਹੀਂ ਉਹਦੇ ਪਤਾ ਲੱਗੂ ਆ ਤੇਰੀਆਂ ਅੱਖਾਂ ਦੇ ਸਾਹਮਣੇ ਜਦੋਂ ਸ਼ੀਸ਼ਾ ਸਾਹਮਣੇ ਆਇਆ ਉਹਨਾਂ ਚਿਰ ਨਹੀਂ ਤੂੰ ਮੰਨਦੀ ਫੇਰ ਰੋਏਗੀ ਕੁੱਸਾ ਨਾ ਦੇ ਦੇ ਕੇ ਅੱਜ ਕਿੰਨਾ ਵਧੀਆ ਦਿਨ ਸੀ ਨਾ ਕਾਲਜ 'ਚ ਹੋਰ ਸੁਣਾ ਮੇਰੀ ਗੱਲ ਸੁਣ ਉਹ ਆ ਗਿਆ ਤੇਰਾ ਘਰ ਅਤੇ ਮੇਰਾ ਵੀ ਆ ਜਾ ਚੱਲੀਏ ਲੈ ਤੂੰ ਪਹਿਲਾਂ ਤਾਂ ਸਾਡੇ ਘਰੇ ਰੋਜ਼ ਰੋਟੀ ਖਾ ਕੇ ਜਾਣਾ ਅੱਜ ਨਹੀਂ ਖਾਣੀ ਅੱਜ ਤੁਹਾਡੇ ਘਰੇ ਕੀ ਬਣਿਆ ਅੱਜ ਨਾ ਜਦੋਂ ਮੈਂ ਸਵੇਰੇ ਕਾਲਜ ਗਈ ਸੀ ਨਾ ਮੇਰੀ ਭੂਆ ਨੇ ਦੁੱਧ ਵਾਲਾ ਕੱਦੂ ਬਣਾਇਆ ਸੀ ਅੱਛਾ ਚੱਲ ਠੀਕ ਹੈ ਫਿਰ ਤੂੰ ਚੱਲ ਮੇਰੇ ਨਾਲ ਬਾਲਾ ਹੀ ਸਵਾਦ ਬਣਾਉਂਦੀ ਹੈ ਮੇਰੀ ਭੂਆ ਕਿਵੇਂ ਦੰਦ ਕੱਢਦੀ ਤੁਰੀ ਹੁੰਦੇ ਕਿੱਧਰੋਂ ਆਇਆ ਤੁਸੀਂ ਫੁੱਫੜ ਜੀ ਤੁਹਾਨੂੰ ਰੋਜ਼ ਹੀ ਦੱਸਣਾ ਪੈਂਦਾ ਹੈ 12 ਵੱਜ ਗਏ ਸਾਡੇ ਕਾਲਜ 'ਚ ਛੁੱਟੀ ਹੋ ਗਈ ਕਾਲਜ 'ਚੋਂ ਆਇਆ ਸੀ ਅੱਛਾ ਫਿਰ ਹੈ ਖੱਪ ਪਾਉਂਦੇ ਤੁਰੇ ਹੁੰਦੇ ਸਿੱਧੀ ਨਹੀਂ ਤੁਰਿਆ ਜਾਂਦਾ ਨਾ ਸਤਿ ਸ਼੍ਰੀ ਅਕਾਲ ਫੁੱਫੜ ਜੀ ਉਹ ਚੁੱਪ ਕਰ ਲੈ ਤੇਰਾ ਫੁੱਫੜ ਨਹੀਂ ਲੱਗਦਾ ਮੈਂ ਉਹ ਤਾਂ ਜੀ ਐਵੇਂ ਗੁੱਸਾ ਕਰ ਗਏ ਉਹ ਤਾਂ ਰੱਜੋ ਤੁਹਾਨੂੰ ਫੁੱਫੜ ਕਹਿੰਦੀ ਹੈ ਨਾਲ ਹੀ ਮੈਂ ਕਹਿਤਾ ਫਿਰ ਕਿੱਡੀ ਗੱਲ ਹੈ ਚੱਲ ਕਰ ਆਪਦਾ ਘਰੇ ਜਾ ਚੱਲ ਕੁੜੀਏ ਤੂੰ ਅੰਦਰ ਕਿੱਥੇ ਫੁੱਫੜ ਜੀ ਘਰੇ ਵਗ ਜੇ ਉਹ ਰੋਟੀ ਖਾ ਕੇ ਜਾਊਗਾ ਅਗਲਾ ਇੰਨੀ ਗਰਮੀ 'ਚ ਆਇਆ ਬਾਹਰ ਨਿਕਲ ਕੇ ਦੇਖੋ ਕਿੰਨਾ ਸੇਕ ਹੈ ਦੇਖ ਲੈ ਕਿਉਂ ਇਹਦੀਆਂ ਤਾਂ ਉਦੋਂ ਅੱਖਾਂ ਖੁੱਲਣੀਆਂ ਕੀ ਇਹ ਗੱਲਾਂ ਕਰਦੀ ਤੁਰੀ ਫਿਰਦੀ ਹੈ ਜ਼ਿਆਦਾ ਸਿਰ ਤੋਂ ਉੱਪਰ ਦੀ ਚੱਲ ਗਿਆ ਪਾਣੀ ਚੱਲ ਇਹਦੀ ਭੂਆ ਨੂੰ ਵੀ ਪਤਾ ਲੱਗੂ ਭਤੀਜੀ ਤਾਂ ਉਸੇ ਦੀ ਹੈ ਬੇਇੱਜ਼ਤੀ ਤਾਂ ਜ਼ਿਆਦਾ ਉਹਦੀ ਹੋਊ ਪਰ ਵਿਕਰਾ ਇਹ ਜ਼ਿਆਦਾ ਸਮਾਂ ਲੰਘਦਾ ਜਾਂਦਾ ਇਹ ਮੁੰਡੇ ਦਾ ਇੰਤਜ਼ਾਮ ਕਰਨਾ ਪਊ ਤੈਨੂੰ ਚੱਲ ਕੋਈ ਨਹੀਂ ਮਾਰ ਆਵਾਜ਼ ਫਿਰ ਭੂਆ ਨੂੰ ਭੂਆ ਨਾਲੇ ਮੇਰੀ ਗੱਲ ਸੁਣ ਰੱਜੋ ਠੀਕ ਹੈ ਤੂੰ ਜਲਦੀ ਨਾ ਆਇਆ ਕਰ ਸਵੇਰੇ ਅੱਜ ਤੇਰੀ ਕਾਲੀ ਕਾਲੀ ਨੇ ਨਾ ਮੈਨੂੰ ਬੂਟ ਵੀ ਪਵਾਉਣੇ ਭੁੱਲ ਗਏ ਠੀਕ ਹੈ ਮਾਸਟਰ ਪਤਾ ਕਿੰਨਾ ਲੜਿਆ ਉੱਥੇ ਲੈ ਮਾਸਟਰਾਂ ਦਾ ਕੀ ਹੈ ਤੂੰ ਫੇਰ ਵੀ ਮੈਨੂੰ ਤਾਂ ਨਾ ਪੁਰਾਣੀਆਂ ਫਿਲਮਾਂ ਵਾਲਾ ਲੰਬੂ ਲੱਗਦਾ ਜਦੋਂ ਬੂਟ ਪਾਉਣੇ ਭੁੱਲ ਜਾਂਦਾ ਵੈਸੇ ਨਾ ਮੈਂ ਪੰਪ ਥੋੜੇ ਜ਼ਿਆਦਾ ਹੀ ਦੇ ਜਾਂਦੀ ਹਾਂ ਚੱਲ ਕੋਈ ਨਹੀਂ ਆ ਗਈ ਮੇਰੀ ਰੱਜੋ ਸਤਿ ਸ਼੍ਰੀ ਅਕਾਲ ਭੂਆ
पर जान के मैं झेड़ कर देना जो पिछे लाके गुस्सा कर दिया इस गल दा। मेरी गल सुन सच भूआ, फुफड़ नूं ना माड़ा मोटा समझा लिया कर। पता नहीं की परिंडा खा के उठदा सवेरे सवेरे। ना तैनू तां नहीं कुछ कहा। बोलदा तां सी पर मैं गौलदा ही नहीं। पर तुसी मैनूं आए दसो अज सच्ची दुद्ध वाला कद्दू बनाया? आहो दुद्ध वाला कद्दू बनाया मैं तेरे वास्ते। आ अपने फुफड़ दा गुस्सा ना करिया कर, ओदा ऐंई बोलदा रहंदा, ओदा सुभाअ ही इहो जिहा आ। ना तैनू मेरे ते यकीन नहीं हैगा दुद्ध वाला कद्दू बनाया। ले फिर की है जे मैं पुछ लिया तां हुण मैं रोटी कित्थी खा के जाऊंगा। ना मैं रात तेरी अम्मा नूं स्नेहा लाया सी वी कालू वास्ते दुद्ध वाला कद्दू लै जा। मैं तां रात ही बाटी भर के रख ली सी। किथे ना तो माँ आप खाती है ना मैनू खा दिंदी है, वह तो पता नहीं क्यों मची रहती है। जो मैं इधर रोटी खा जाना ना घरे जाके नहीं खाता, सौ सौ कुछ बोलती है। हाँ मचना ही भाई तुसी तकड़े बंदे है ना भूआ, असी छोटे छोटे गरीब बंदे, फर्क तो है ही है। रज्जो मैं कदे कोई यही गल करी है तेरे को? जा तेनू आए लगन दिता हो भी असी अमीर है या गरीब है, जेहे जे कपड़े तू मैनू कहनी है ओहे जे पा लेना। भूआ मैनू ना यह पुराने कपड़िया च ना जमा ही पुरानी फिल्मा ना लंबू लगता है, सोना भी बहुत लगता है। नाले जी मेरा साका भरा होंदा मैं तो उनू भी एवं कहना सी भी तू ना लंबिया जिया खुलिया जिया पेंटा पा के रखा कर, ते पुराने जमाने दी शर्टा। ले चल बहुतियां गल्लां ना कर, आ जाओ अंदर खा लो रोटी दुध वाले कद्दू नाल। अंदर उंदर नहीं इत्थे लिया दे। जो नहीं कमलो लिया दनी आ। कमलो नहीं रज्जो। ओ रज्जो हो गई हैगी तू कमली आ। ले हाले तक नहीं आया है, मैं तो लगता इधर ही बढ़ गया हूँ आके देख दिया जाके। बे कालू, बे कालू, ले ओ बैठा गा। बे कालू ले आ बैठा मोजा ना इत्थे। आजा आजा भैन जी इत्थे ही है तेरा कालू। बहुत स्वाद बनाया सी कद्दू। आहो घरे तो तेनू कानू रोटी स्वाद मिलती है, इत्थे ही मिलदियां ने स्वाद तेनू रोटियां। ओहो मां रोटियां खान दी। नाले रात तेनू ताई ने कहा सीगा वी कद्दू बनया पिया, तू मेनू क्यों नहीं दस्या? मैं रोटी लै जांदा इधरों आके। ते अपने भी तो कद्दू बनाया सीगा, इत्थे आके तेनू ज्यादा स्वाद लगन लग गया। हां किवें बोलदी आ, रोटी खाधी इक जवाक ने। मैं तो जेड़ा कुछ बोलदी आ बोलदी आ, जेड़े लोक बोलदे आ उहनां दी भी सुन लिया कर। की मतलब आ भैन जी तेरा? तू मेरी धी दा की चंगा माड़ा देख लिया? सारा दिन धी दी ना करी जा कर, जे तेरे ढिड्डो जम्मी हुंदी धी हुंदी भरा दी लिया के इत्थे भतीजी हुण धी बना ली आ तू। जे इह चंगी हुंदी ते इहदी मां ने इहनूं रख दी। भतीजी नूं किवें बैठी हुंदी है? ज्यादा नहीं बोलना तू इत्थे। हां बोलना तेनूं। बोलदी नहीं क्यों? अगले खड़ा हो क्लेश करदी हुंदी आ तू। हैं मैं क्लेश कर रही हूं? तू खड़ा हो चल। मेरी भतीजी की ओपरी है मेरे लिए, मैं धी बना के रखी हुई है। हां मेरी गल धी बना के सुन लवा, असि चंगे दोस्त आ, तू एवें क्यों अगले दी धी दीआं गल्लां बनाउणी आ? मैं गल्लां बनाउणीआं ते जेड़े लोक बनाई जांदे आ ओह लै कौन गल्लां करदा मेरी धी दीआं? 100 जुत्ती मार के एक गिणूंगी जेड़े लोक मेरी धी दीआं गल्लां करनगे। मेरे नाल जवान ना लड़ा, लोकां दे मुंह बंद कर जेड़े तेरे धी दीआं गल्लां करदे ने। चल मैं खड़ा हो चलदे आ। मां रज्जू गुस्सा ना करी, मारा सुभाअ ही आया ताई, कद्दू बहुत स्वाद सी। आया तेनू मैं होणिया कद्दू चल के घरे। चल की लोड़ आ रज्जो, तेनू कल्ली नू कॉलेज दा रास्ता भुलिया आ? चल आ जा पक्खे थल्ले बैठ। ए वी कुड़ी कुछ नहीं, मेरी ना गल सुन ला, नाले अज तो बाद उत्थे गया ना हिसाब ला ली हुण। ओहो फिर किड्डी गल है जदर जावड़िया, नाले ताई पता मेरा किन्ना मोह करदी है, हर रोज वधिया घिओ पा के मैनूं रोटी खवाउंदी है। ना तैनूं घरे तां कुछ मिलदा नहीं, ताई तैनूं घिओ पा के रोटियां खवाउंदी है, मैं तैनूं जहर पाउणी हैगी। ओहो आए मैं कदों कहा, पर आए आं उहनां दी रोटी खा के ना वधिया नज़ारा आ जांदा। आहो आ जांदा तैनूं नज़ारा, बाहर नाले ओह कुड़ी दे नेड़े ना होया कर। क्यों की गल ओह की कहिंदी है तुहानूं? की कहिंदी हैगी? लोक जिहड़ा कुछ कहिंदे आ पता ही आ मैनूं। ना मैनूं दस ही दे अज की कहिंदे आ लोक।
ਤੈਨੂੰ ਨਹੀਂ ਪਤਾ ਆ ਗਲੀ ਗਵਾਂਢ ਦੇ ਕੀ ਕਹਿੰਦੇ ਆ ਲੋਕ ਤਾਂ ਆਪਦੀਆਂ ਕੁੜੀਆਂ ਨੂੰ ਅੰਦਰ ਵਾੜ ਲੈਂਦੇ ਇਹਨੂੰ ਵੇਖ ਕੇ ਸਾਰਾ ਦਿਨ ਕੋਈ ਬੁੜਾ ਨਹੀਂ ਛੱਡਦੀ ਹੱਸਦੀ ਖੇਡਦੀ ਜਾਂਦੀ ਕੋਈ ਬੰਦਾ ਨਹੀਂ ਛੱਡਦੀ ਗੀ ਹਰੇਕ ਨੂੰ ਇਹ ਬੁਲਾਉਂਦੀ ਆ ਇਹੋ ਜਿਹੀਆਂ ਕੁੜੀਆਂ ਹੁੰਦੀਆਂ ਗੀਆਂ ਉਹ ਮਾਂ ਉਹ ਨਾ ਮੇਰੇ ਨਾਲ ਹੀ ਪੜਦੀ ਆ ਤੇ ਮੈਨੂੰ ਪਤਾ ਉਹਦਾ ਸੁਭਾਅ ਕਿਹੋ ਜਿਹਾ ਉਹ ਜਿਵੇਂ ਤੁਸੀਂ ਸੋਚਦੇ ਹੋ ਨਾ ਉਹ ਇਹੋ ਜਿਹੀ ਹੈ ਨਹੀਂ ਗੀ ਮੈਂ ਇਕੱਲੀ ਨਹੀਂ ਸੋਚਦੀ ਬਈ ਸਾਰੇ ਲੋਕ ਹੀ ਸੋਚਦੇ ਨੇ ਇੰਨੀ ਬਦਨਾਮ ਕੀਤੀ ਪਈ ਆ ਗਲੀ ਦੇ ਵਿੱਚ ਉਹ ਚੰਗਾ ਹਾਂ ਚੰਗਾ ਨਾਲੇ ਮੇਰੀ ਨਾ ਗੱਲ ਸੁਣ ਲਾ ਆ ਕੱਪੜੇ ਚੱਜ ਦੇ ਪਾ ਕੇ ਵਗ ਜਾ ਕਰ ਕਾਲਜ ਅੱਜ ਲੂਜ ਜਾ ਕੱਢ ਕੇ ਤੁਰ ਜਾਣਾਗਾ ਕਿਉਂ ਇਹਨਾਂ ਕੱਪੜਿਆਂ ਨੂੰ ਕੀ ਹੋਇਆ ਸੋਹਣੇ ਤਾਂ ਲੱਗਦੇ ਆ ਨਾਲੇ ਮੇਰੀ ਗੱਲ ਸੁਣ ਲਓ ਇਹ ਕੱਪੜੇ ਨਾ ਰੱਜੂ ਨੇ ਮੈਨੂੰ ਕਿਹਾ ਪਾਉਣ ਨੂੰ ਉਹਨੂੰ ਵਧੀਆ ਲੱਗਦੇ ਆ ਮੈਨੂੰ ਵੀ ਵਧੀਆ ਲੱਗਦੇ ਆ ਬਸ ਆਹੋ ਉਹਨੇ ਕਿਹਾ ਤੈਨੂੰ ਪਾਉਣ ਨੂੰ ਮੇਰਾ ਤਾਂ ਤੂੰ ਪੁੱਤ ਜਮਾ ਨਹੀਂ ਲੱਗਦਾ ਮੇਰੇ ਲੀੜੇ ਕੱਪੜੇ ਪਾਏ ਵੇਖਿਆ ਤੂੰ ਆਪਦੇ ਵੇਖ ਲੈ ਕਿਵੇਂ ਜਲੂਸ ਕੱਢੀ ਫਿਰਦਾਗਾ ਉਹ ਚੰਗਾ ਵਾ ਐਵੇਂ ਨਾ ਬੋਲੀ ਜਾਇਆ ਕਰ ਮੈਨੂੰ ਠੀਕ ਹੈ ਜਾਂ ਪਾਣੀ ਲਿਆ ਦੇ ਕਿਉਂ ਹੁਣ ਤੈਨੂੰ ਪਾਣੀ ਨਹੀਂ ਪਾਇਆ ਉਹਨਾਂ ਨੇ ਕੱਲੀ ਰੋਟੀ ਖਵਾਈ ਹੈ ਪਾਣੀ ਦਾ ਪਿਆ ਰੋਟੀ ਵੀ ਖਵਾਈ ਹੈ ਪਰ ਜਿਹੜੀਆਂ ਆਹ ਰਾਹ 'ਚ ਗਾਲਾਂ ਦਿੱਤੀਆਂ ਉਹਦੇ ਨੂੰ ਉਹ ਤਾਂ ਹਾਜ਼ਮ ਕਰ ਲਾਂ ਗਾਲਾਂ ਤਾਂ ਹਜੇ ਮੈਂ ਦਿੱਤੀਆਂ ਨਹੀਂ ਤੈਨੂੰ ਕੋਈ ਨਹੀਂ ਕਰੂੰਗੀ ਤੁਹਾਡਾ ਇਲਾਜ ਹੁਣ ਮੈਂ ਪਤਾ ਨਹੀਂ ਐਵੇਂ ਕਿਉਂ ਮੱਚਦੇ ਰਹਿੰਦੇ ਆ ਵੀ ਲੈ ਅਸੀਂ ਦੱਸੋ ਨੂੰ ਕੀ ਕਹਿੰਦੇ ਆ ਚੰਗੇ ਦੋਸਤ ਆ ਰੋਜ਼ ਸਕੂਲ ਜਾਂਦੇ ਆ ਖੇਡਦੇ ਆ ਐਵੇਂ ਬੋਲੀ ਜਾਣਗੇ ਉਹ ਭਗਵਾਨ ਨੇ ਬੋਲਦੀ ਨੀ ਤੇਜ ਕੁਰੇ ਲੈ ਮੌਜ ਨਾਲ ਸੁੱਤੀ ਪਈ ਆ ਲੈ ਦੱਸ ਹੁਣ ਤੂੰ ਤਾਂ ਦੁਪਹਿਰੋ ਦੁਪਹਿਰੇ ਟਿਕਦਾ ਨੀ ਮੈਂ ਆਰਾਮ ਵੀ ਨਾ ਕਰਾਂ ਪੂਰਾ ਆਰਾਮ ਕਰ ਇੰਨਾ ਵੀ ਨਾ ਸੌ ਵੀ ਇੱਥੇ ਕੋਈ ਚੋਰ ਭਾਂਡੇ ਲੈ ਜੇ ਆ ਲੈ ਸਾਮ ਨੂਣ ਮਿਰਚਾਂ ਨਾਲੇ ਖੰਡ ਚਾਹ ਨਾ ਆਹੀ ਰਾਸ਼ਨ ਲਿਆਂਦਾ ਜੇ ਇੰਨਾ ਕੁ ਰਾਸ਼ਨ ਲਿਆਉਣਾ ਸੀ ਇਹ ਤਾਂ ਮੈਂ ਪਿੰਡ ਦੀ ਦੁਕਾਨ ਤੋਂ ਵੀ ਫੜ ਲਿਆਉਣਾ ਸੀ ਜੇ ਲੈਣ ਗਿਆ ਸੀ ਭੋਰਾ ਲੈ ਤਾਂ ਆਉਂਦਾ ਨਾਲੇ ਆੜਤੀ ਇਹ ਤੋਂ 10-15 ਹਜ਼ਾਰ ਰੁਪਈਆ ਫੜ ਲਿਆਂਦਾ ਓਏ ਪੈਸੇ ਥੋੜੇ ਸੀ ਉਹੋ ਜਿਹੇ ਹਿਸਾਬ ਨਹੀਂ ਲਿਆਉਣਾ ਸੀ ਨਾਲੇ ਇੱਥੇ ਇਹ ਦੁਕਾਨਾਂ ਤੇ ਤਾਂ 10-10 ਰੁਪਈਏ ਮਹਿੰਗਾ ਮਿਲਦਾ ਉੱਥੇ ਪਤਾ ਬਾਜ਼ਾਰ ਦੇ ਵਿੱਚ ਹਰ ਇੱਕ ਚੀਜ਼ ਦਾ ਫਰਕ ਹੈ ਕਿਸੇ 'ਚ 10 ਰੁਪਈਆਂ ਦਾ ਫਰਕ ਹੈ ਕਿਸੇ 'ਚ 5 ਰੁਪਈਆਂ ਦਾ ਫਰਕ ਹੈ ਜਦ ਜਿੰਨੇ ਜੋਗੇ ਸੀਗੇ ਪੈਸੇ ਤੂੰ ਨਾ ਲਿਆਉਂਦਾ ਜ਼ਰੂਰ ਸਿਖਰ ਦੁਪਹਿਰੇ ਸਾਈਕਲ ਤੇ ਲੱਤਾਂ ਤੜਾਉਂਦਾ ਗਿਆ ਉਹ ਚੱਲ ਕੋਈ ਨਹੀਂ ਜਿਹੜੇ ਦਿਨ ਚੱਲੂ ਉਨੇ ਦਿਨ ਸਹੀ ਫੇਰ ਲਿਆਵਾਂਗੇ ਦੁਬਾਰੇ ਤੂੰ ਇੱਕ ਵਾਰੀ ਇਹਨਾਂ ਨੂੰ ਸਾਂਭ ਸਵਾਰ ਸਾਰੇ ਸਮਾਨ ਨੂੰ ਤੇ ਨਾਲੇ ਮਾਰ ਲੈਣੀ ਆ ਹਾਂ ਉਹ ਕਿੱਥੇ ਗਈ ਐ ਰੱਜੋ ਨਾ ਆਰਾਮ ਘਰ ਦੀ ਜਵਾਕੜੀ ਅੰਦਰ ਪਈ ਕਿਉਂ ਕੀ ਹੋਇਆ ਨਾ ਆਰਾਮ ਕਰਨ ਨੂੰ ਤਾਂ ਮੱਕੀ ਗੁੱਟ ਕੇ ਆਈ ਆ ਉਹ ਬੱਸ ਦੇ ਵਿੱਚ ਮੋਬਾਈਲ ਹੀ ਚਲਾਉਂਦੀ ਰਹਿੰਦੀ ਐ ਇਹਨੂੰ ਤਾਂ ਮੇਰੀ ਧੀ ਦਾ ਮੋਬਾਈਲ ਹੀ ਚੁੱਭਦਾ 24 ਘੰਟੇ ਨਾ ਮੋਬਾਈਲ ਤੇ ਉਹ ਪੜ੍ਹਾਈ ਕਰਦੀ ਐ ਸਕੂਲ ਦੀ ਪਤਾ ਕਿੰਨੀ ਔਖੀ ਪੜ੍ਹਾਈ ਉਹਦੀ ਜਿਹੜੀਆਂ ਸ਼ਰਮ ਨਾਲ ਰਹਿੰਦੀਆਂ ਨੇ ਇਹਨੂੰ ਕੁੜੀਆਂ ਚ ਖੜਨਾ ਚਾਹੀਦਾ ਉਹ ਮੁੰਡੇ ਨਾਲ ਹਰ ਵਕਤ ਐ ਭਾਈ ਰੁੱਖ ਬਲੰਗੜੀ ਉਹਦੇ ਨਾਲ ਤੁਰੀ ਫਿਰਦੀ ਰਹਿੰਦੀ ਹੈ ਮਾੜੀ ਮੋਟੀ ਸ਼ਰਮ ਮੰਨ ਲੈ ਤੂੰ ਰੋਕ ਦੇ ਨਾ ਫੇਰ ਕੀ ਹੋਇਆ ਦੋਸਤ ਆਏ ਦਾ ਨਿੱਕੇ ਨਿੱਕੇ ਹੁੰਦੇ ਹੁਣ ਤੱਕ ਖੇਡਦੇ ਆਏ ਆ ਇਕੱਠੇ ਪੜ੍ਹਦੇ ਆ ਉਹਦੇ ਨਾਲ ਸਕੂਲ ਕਾਲਜ ਵਗ ਜਾਂਦੀ ਆ ਨਾ ਫੇਰ ਕੀ ਹੋਇਆ ਜੇ ਹੱਥ ਫੜ ਲਿਆ ਹੋਰ ਮੰਨਿਆ ਵੀ ਛੋਟੇ ਛੋਟੇ ਇਕੱਠੇ ਖੇਡਦੇ ਰਹੇ ਹੁਣ ਤੱਕ ਮਟਿਆਰ ਹੈ ਕਿੱਡੀ ਵਹਾਉਣ ਵਾਲੀ ਹੁੰਦੀ ਜਾ ਰਹੀ ਹੈ ਲੋਕ ਦੇਖ ਲੈ ਕਿਵੇਂ ਝਾਕਦੇ ਰਹਿੰਦੇ ਨੇ ਨਾ ਤੂੰ ਪੁੱਠਾ ਸਿੱਧਾ ਘੱਟ ਜਵਾਕੜੀ ਬਾਰੇ ਸੋਚਿਆ ਕਰ ਨਾਲੇ ਜਿਹੋ ਜਿਹੀ ਬੰਦੇ ਦੀ ਸੋਚ ਹੁੰਦੀ ਹੈ ਬੰਦਾ ਉਹੋ ਜਿਹਾ ਹੀ ਸੋਚਦਾ ਜਿਵੇਂ ਕਿ ਤੂੰ ਖਬਰਦਾਰ ਹੋ ਜਾ ਜੇ ਮੇਰੀ ਸੋਚ ਤੇ ਉਂਗਲ ਠਾਈ ਹੈ ਸੋਚ ਤਾਂ ਤੇਰੀ ਹੈ ਜਿਹੋ ਜਿਹੀ ਭਤੀਜੀ ਉਹੋ ਜਿਹੀ ਭੂਆ ਜਿਹੋ ਜਿਹੀ ਭੂਆ ਉਹੋ ਜਿਹੀ ਭਤੀਜੀ ਨਾ ਤੈਂ ਮੇਰਾ ਚੰਗਾ ਮਾੜਾ ਦੱਸ ਕੀ ਦੇਖ ਲਿਆ 25 ਸਾਲ ਹੋ ਗਏ ਇਸ ਘਰ 'ਚ ਕਮਾਈ ਕਰਦੀ ਨੂੰ ਤੇਰੇ ਕਹੇ ਮੁਤਾਬਕ ਤਾਂ ਮੈਂ ਚੱਲੀ ਜਾਂਦੀ ਹਾਂ ਤੈਨੂੰ ਲੰਡੀਆਂ ਲੁੱਚੀਆਂ ਜਨਾਨੀਆਂ ਵਧੀਆ ਲੱਗਦੀਆਂ ਉਹੀ ਤੈਨੂੰ ਚੰਗੀਆਂ ਲੱਗਦੀਆਂ ਉਹ ਚੰਗੀਆਂ ਤਾਂ ਲੱਗਦੀਆਂ ਤਾਂ ਹੀ ਚੰਗੀਆਂ ਲੱਗਦੀਆਂ ਉਹ ਤੇਰੇ ਵਾਂਗੂ ਲੁੱਤਰ ਲੁੱਤਰ ਬੋਲਦੀਆਂ ਨੇ ਅਗਲਾ ਦੇਖਣ ਵਾਲਾ ਦੇਖਦਾ ਵੀ ਆਪਦੇ ਬੰਦੇ ਮੂਹਰੇ ਕਿਵੇਂ ਬੋਲਦੀ ਹੈ ਜਿਵੇਂ ਤੂੰ ਬੋਲਦੀ ਹੈ ਉਵੇਂ ਉਹ ਬੋਲਦੀ ਹੈ ਨਾ ਜ਼ਿਆਦਾ ਹੁਣ ਤੂੰ ਮੇਰੇ ਨਾਲ ਬੋਲ ਨਾ ਫੇਰ ਨਾ ਕਹੀਂ ਬੇ ਮੇਰੇ ਤੋਂ ਕੁਛ ਹੋਰ ਸੁਣੇਗਾ ਕੋਈ ਨਹੀਂ ਆ ਦੇਖਦੀ ਜਾ ਅਕੇ ਨਾਈ ਆ ਮੇਰੇ ਵਾਲ ਕਿੱਡੇ ਕਿੱਡੇ ਹੋ ਗਏ ਜਦੋਂ ਕੱਟੇ ਜਾਣਗੇ ਨਾ ਉਦੋਂ ਤੇਰੇ ਸਾਹਮਣੇ ਆਉਣਗੇ ਫੇਰ ਪਿੱਟੇਂਗੀ ਫੇਰ ਦੇਖੇਂਗੀ ਆ ਵੀ ਮੈਂ ਆਪਦੀ ਭਤੀਜੀ ਤੋਂ ਕੀ ਫਲ ਖੱਟ ਲਿਆ ਤੂੰ ਤਾਂ ਮੇਰੀ ਭਤੀਜੀ ਦਾ ਬੈਰੀ ਬਣਿਆ ਹੋਇਆ ਆ ਬੈਰੀ ਮੈਂ ਨਹੀਂ ਬਣਿਆ ਸਾਰਾ ਪਿੰਡ ਹੀ ਬਣਿਆ ਹੋਇਆ ਜੇ ਤੇਰੇ ਆਪ ਦੇ ਜੰਮੀ ਹੁੰਦੀ ਤੂੰ ਉਹਨੂੰ ਵੀ ਐਂ ਬੋਲਦਾ ਤੇਰੇ ਜੰਮੀ ਨਹੀਂ ਮੈਂ ਤਾਂ ਕਹਿੰਦੀ ਤੈਨੂੰ ਪਰਮਾਤਮਾ ਧੀਆਂ ਦਿੰਦਾ ਫੇਰ ਤੈਨੂੰ ਪਤਾ ਲੱਗਦਾ ਵੀ ਧੀਆਂ ਦਾ ਦੁੱਖ ਕੀ ਹੁੰਦਾ ਧੀਆਂ ਪਾਮਾ ਮੈਨੂੰ 4 ਦੇ ਦਿੰਦਾ ਪਰ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਸੀ ਜਿਵੇਂ ਇਹ ਫਿਰਦੀ ਆ ਕਦੇ ਉਹ ਮੁੰਡੇ ਨਾਲ ਗੱਲਾਂ ਕਰਨ ਲੱਗੀ ਕਦੇ ਉਹਦੇ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕੁੜੀਆਂ ਨਾਲ ਗੱਲਾਂ ਕਰ ਤੂੰ ਮੁੰਡਿਆਂ ਨਾਲ ਕੀ ਗੱਲਾਂ ਕਰਦੀ ਐ ਬਸ ਕਰ ਮੈਨੂੰ ਮੇਰੀ ਰੱਜੋ ਦਾ ਪਤਾ ਆ ਕਿਵੇਂ ਜਹੀ ਆ ਮੈਨੂੰ ਨਹੀਂ ਐਵੇਂ ਨਾ ਹੁਣ ਤੂੰ ਬੋਲੀ ਚੱਲ ਚੰਗਾ ਆ ਸਾਹਮਣੇ ਸਮਾਨ ਦੇਖੀ ਸਹੀ ਆਉਣ ਵਾਲੇ ਦਿਨ ਤੇਰੇ ਤੇ ਕਿਵੇਂ ਆਉਣਗੇ ਸੁੱਖਾ ਸੁੱਖ ਲਾ ਮੈਂ ਮੇਰੇ ਤੇ ਮਾੜੇ ਦਿਨ ਆ ਜਾਣ ਨਾਲੇ ਮੇਰੀ ਭਤੀਜੀ ਤੇ ਮਾੜੇ ਦਿਨ ਆ ਜਾਣ
फिर तेरा काल जा ठंडा हो जाए। मैं चली अपने साजन की गली, मुझे रोके ना कोई। मैं चली चुप कर जा कुड़िए, किथे गाने गाई जानी है, इत्थे काम नहीं किया जाता, लगी है केरे गाने गाना। ओहो क्यों जवाकड़ी दा गाना बंद कराता, इन्ना वधिया दा गा रही सी। बह जा दोबारा, चुप कर जा, गाउण वालियां बनदियां ने केरे, लै हुण बन जाओ फिर गाउण वालियां, देख लैने आ सानू वड्डियां बनदियां कलाकारनियां। फुफड़ा तू तां ही बोली जांदा हुन्ना, जिद्दे कदे मेरा गाना हिट हो गया ना, मैं भूआ नूं तां ताजमहल च बिठाऊंगी देखी, ते तैनूं ना मैं अपने साजन की गली, मुझे रोके ना कोई। मैं चली देखा किन्ना वधिया गाना गाया, एदू वधिया तां मैं गा लूं। मैं क्यों पकाई मारनी है, पता ही है तेरा सारा दिन कांग कां कां कां। आहो मैं तां कां ही ठीक है, आपदी कोल नूं संभाल के रख, नाले इहो जिहा कंजर कित्ते कुड़ियां नहीं करदियां हुंदियां, कुड़ियां तां ओह हुंदियां सियाणियां जिहड़ियां घरों बाहर ना निकलण ते घरों आवाज ना जावे बाहर तक, उहनां नूं सियाणियां कुड़ियां कहिंदे ने, इहनूं संभाल लै। ना की कंजर कित्ता करदी मेरी धी, है अभी पकाई मरी जाना बैठा सराहणे साडे। नाले फुफड़ा जे इहनूं कंजर कित्ता कहिंदे ने ना, कंजर कित्ता ही ठीक है, मैं तां आई गाऊंगी। मैं चली अपने साजन की गली, मुझे रोके ना कोई। मैं चली ला 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 ला। चुप करो, किथे चांबड़ियां ने जाता, ए तेरी वजह है, ए तू ही चमड़ाउंदियां इहनूं, चंगा चंगा चढ़ाती मेरे सिर ते, किवें गाउंदियां लैंदी नहीं है। भूआ जिद्दे मेरे राह च रोड़ा बणिया ना, गाउण वाले च फुफड़े बणूगा। आपां गल घट के मार देना। हाँ फुफड़ा किवें है? ओ टिक जा टिक जा, मैं तेरा फुफड़ नहीं लगदा, मैं तेरा ताया लगदा। ओहो ताया मेरी गल सुन, फिर किड्डी गल है, जे मैं रजो मगर लग के तेनूं फुफड़ कह देना, कोई गुनाह कर देना, फुफड़ दे ताए दा रिश्ता इक्को ही आ, दिना दा रिस्पैक्ट ही आ तेनूं। ओ गल सुन लै, मैं तेरा तां लगदा ताया, रजो दा लगदा फुफड़, तू मैनूं ताया ही कहा कर। ओ कोई गल नहीं, ताया कह दिया करूं, तू गुस्सा ना करया कर मेरा, गुस्सा नहीं करदा हुन, जिन्ना तू मचदा उन्ना मेरा जान जान के कहनूं जी करदा तेनूं। होर माड़ी मोटी शर्म मन्या कर, नाले मैं तेनूं हुण दसदा, इदू पहले तां मैं तेनूं गल नहीं सी कही, देख गल सुन लै, इदू पहले जिथे मर्जी वग गया, घरे बह के रोटियां भी खा गया, हुण साडे घरे ना बड़िया कर, तेनूं मैं दसां। क्यों? आहो की गल होगी ताया? आहो नाले मैं स्कूल आपे छड्या करूं कालज कुड़ी नूं। तू कहते छड़ाया करेगा, तेरे को केड़ा कोई बंबू काट है, वो सैकल तो हैगा, सैकल ते किवें जावड़ा करेगा इन्नी बाट तीन पिंड छड़ के। तो तू तू कहते तेरे जाना, तू भी तो बस से भी जाना, तू कि उन्हें चक के ले जाना। वो बस से तो फिर सारे ही जाते हैं, असीं केड़ा कल्ले जाने, अपने पिंड दे अद्धे जवाक जाते हैं। नाले तू ना फिक्र कर साडी रज्जो दा, असीं आपे कासे ते छड़िए कासे ते ना छड़िए, तैनूं मैं दसां हुण तू साडे घरे माड़ा सोच की बणी। कोई गल नहीं, करूंगा गल मैं रज्जो नाल। आहो ते नाले ताया कहा कर, फुफड़ कहण बह जाना मौज नाल। ओ चंगा फुफड़ा, तू मैथ कुट ना खाली कित। उपर जाई की करी जानी है? की करना सी, हजे कोई कसर रह गई सी, पहला थोड़ी कुड़ी नी साडे मुंडे दा खेड़ा छड़दी, हुण तू आ बड़िया साडे घरे। की गल, मैं घरे आ नहीं सकदा, मेरे भरा दा घर है इह। आहो घर तो तेरे भरा ही है, आ सकदा गा, कम दस की कम आया तू? कम तो मैं यही आया, तू आपदे मुंडे नूं समझा माड़ा मोटा, उत्थे रोज ही हिणकदा रहिंदा ते रज्जो दे मगर मैनूं फुफड़ भी कह देंदा। मैं आपदे मुंडे नूं समझावा, तुसीं ना उहनूं रोकियो, बशर्म जिहड़ी गलियां च फिरदी रहिंदी ही करदी। यही कहना मैं भी, उह तां जिवें हैगियां ने भूआ भतीजी हैगियां, तू आपदे मुंडे नूं रोक के रखा कर, साडे घरे ना बड़न दिया कर उहनूं। मैं तां भी आपदा मुंडा रोकिया ही हैगा,
ਨਾਲੇ ਮੈਂ ਤਾਂ ਉਹਦੇ ਮੁੰਡੇ ਦਾ ਕਿਤੇ ਕਰਨ ਲੱਗੀ ਆ ਵਿਆਹ ਸਮਾਦੀ ਇਹਦਾ ਚੰਡੇਲ ਨਾਲੋਂ ਖਿਹੜਾ ਸੁੱਟੂਗਾ ਉਹਦਾ ਚੱਲ ਇਹ ਵੀ ਠੀਕ ਹੈ ਜੇ ਇਹ ਤੂੰ ਆਪਦੇ ਮੁੰਡੇ ਦਾ ਵਿਆਹ ਕਰਨ ਲੱਗੀ ਆ ਮੈਂ ਵੀ ਇਹੀ ਕਹਿਣਾ ਵੀ ਜੇ ਕੋਈ ਤੇਰੀ ਨਿਗਾਹ 'ਚ ਹੈਗਾ ਆਪਾਂ ਇਹਦਾ ਵੀ ਫਾਹਾ ਵੱਢ ਦਿਆਂਗੇ ਪਰੇ ਆ ਬੰਨੇ ਹੱਥ ਭਾਈ ਮੈਂ ਤਾਂ ਇਹ ਜ਼ਿੰਮੇਵਾਰੀ 'ਚ ਪੈਂਦੀ ਨੀਗੀ ਉਹਦਾ ਲਾਂਭਾ ਕੌਣ ਲਊਗਾ ਸਾਰੀ ਉਮਰ ਮੈਨੂੰ ਲਾਂਭਾ ਰਹੂਗਾ ਜੇ ਮੈਂ ਰਿਸ਼ਤਾ ਕਰਾਉਂਗੀ ਉਹਦਾ ਉਹ ਤੈਨੂੰ ਵੀ ਮੈਂ ਤਾਂ ਹੀ ਕਹਿੰਦਾ ਸੀ ਵੀ ਨਾ ਤਾਂ ਤੂੰ ਉਹਦੇ ਨਾਲ ਸਮਝਦਾਰ ਹੈ ਹੁਣ ਉਹਦੀ ਭੂਆ ਉਹ ਤਾਂ ਉਹਦੇ ਪੱਖ ਦੀ ਗੱਲ ਕਰਦੀ ਹੈ ਨਾ ਮੇਰੀ ਗੱਲ ਸੁਣੇ ਉਹ ਮੈਂ ਤਾਂ ਤੈਨੂੰ ਕਹਿੰਦਾ ਵੀ ਜੇ ਹੈਗਾ ਤਾਂ ਨਿਗਾਹ 'ਚ ਦੇਖ ਲੈ ਕਰ ਦੂੰ ਮੈਂ ਰਿਸ਼ਤਾ ਪਰੇ ਬਈ ਮੈਂ ਇੱਥੋਂ ਤੱਕ ਕਿਸੇ ਦੇ ਜ਼ਿੰਮੇਵਾਰੀਆਂ ਚੱਕੀਆਂ ਨਹੀਂ ਆਉਂਦੀਆਂ ਮੈਂ ਤਾਂ ਆਪਦੇ ਮੁੰਡੇ ਦਾ ਕਿਤੇ ਰਿਸ਼ਤਾ ਵੇਖ ਕੇ ਵਧੀਆ ਸੋਹਣੀ ਜੀ ਬਹੂ ਲੈ ਕੇ ਆਉਂਗੀ ਇਹੋ ਜਿਹੀ ਚੰਡੀਗੜ੍ਹ ਤੋਂ ਦੱਸ ਸੀ ਕੀ ਕਰਾਉਣਾਗਾ ਮਗਰ ਲੱਗੀ ਪਈ ਹੈਗੀ ਦੇਖ ਭਰਜਾਈ ਇਹੀ ਗੱਲ ਕਹਿਣਾ ਹੈ ਵੀ ਨਾਲੇ ਤੁਹਾਡੀ ਇੱਜ਼ਤ ਰਹਿ ਜੂ ਨਾਲੇ ਰਹਿ ਜੂ ਸਾਡੀ ਤੁਸੀਂ ਆਪਦੇ ਮੁੰਡੇ ਦਾ ਵਿਆਹ ਕਰੋ ਤੇ ਇਹ ਕੁੜੀ ਵਾਸਤੇ ਤੂੰ ਕੋਈ ਮੁੰਡਾ ਦੇਖ ਅਸੀਂ ਕਿਹਦਾ ਫਾਹਾ ਵੱਢ ਗਏ ਭਾਈ ਮੈਂ ਇੱਥੋਂ ਤਾਂ ਬਗਾਨੇ ਤੋਂ ਗੁੱਤ ਪਟਾਈ ਨਹੀਂ ਆਂਦੀ ਮੈਂ ਕਿਉਂ ਮੁੰਡਾ ਦੇਖਾਂ ਨਾਲੇ ਉਹਦੀ ਭੂਆ ਨੂੰ ਕਿਹੜਾ ਦੀਂਦਾ ਨਹੀਂਗਾ ਉਹ ਤਾਂ ਉਹਨੂੰ ਸਹਿ ਦਿੰਦੀ ਆ ਸਾਰਾ ਕੁਝ ਉਹਨੂੰ ਪਤਾ ਹੈਗਾ ਵੀ ਇਹ ਕੀ ਲੱਛਣ ਕਰਦੀ ਫਿਰਦੀ ਆ ਬਾਹਰ ਤਾਂ ਹੀ ਤਾਂ ਮੈਂ ਤੇਰੇ ਕੋਲੇ ਆਇਆ ਭਰਜਾਈ ਜੇ ਉਹ ਕਿਸੇ ਕੰਮ ਦੀ ਹੁੰਦੀ ਜਾਂ ਮੇਰੀ ਗੱਲ ਮੰਨਦੀ ਹੋਵੇ ਫਿਰ ਮੈਂ ਉਹਦੇ ਨਾਲ ਬਹਿ ਕੇ ਰਾਏ ਕਰ ਲਾਂ ਮੈਂ ਤਾਂ ਹੀ ਤੈਨੂੰ ਕਹਿਣਾ ਹੈ ਵੀ ਮਾੜਾ ਮੋਟਾ ਤੂੰ ਉਹਨੂੰ ਕਹਿ ਦੀ ਵੀ ਕਹਿ ਕੇ ਇਹਦਾ ਰਿਸ਼ਤਾ ਕਰ ਦਈਏ ਕਿਸੇ ਪਾਸੇ ਉਹ ਤਾਂ ਦੋਨੇ ਭੂਆ ਭਤੀ ਜੀ ਇੱਕੋ ਜੀਆਂ ਨੇ ਬਈ ਮੈਂ ਇੱਥੇ ਤਾਂ ਉਹਨਾਂ ਨਾਲ ਗੱਲ ਹੁੰਦੀ ਨਹੀਂ ਤੂੰ ਜਿਹੜਾ ਇੱਥੇ ਇੰਨਾ ਰੋ ਮਾਰੀ ਜਾਂਦਾ ਮੈਨੂੰ ਕਹੀ ਜਾਂਦਾ ਉਹਨੂੰ ਕਹਿਣਾ ਉਹਦੀ ਜਨਾਨੀ ਨੂੰ ਜਾ ਕੇ ਉਹ ਕਰ ਦੇ ਨਾਲੇ ਮੈਨੇ ਕੋਈ ਜ਼ਿੰਮੇਵਾਰੀ ਲੈਤੀ ਉਹਦੀ ਜ਼ਿੰਮੇਵਾਰੀ ਤਾਂ ਨਹੀਂ ਲਈ ਤਾਂ ਮੁੰਡੇ ਦੀ ਤਾਂ ਜ਼ਿੰਮੇਵਾਰੀ ਹੈ ਵੀ ਨਾਲੇ ਤੂੰ ਆਪਦੇ ਮੁੰਡੇ ਨੂੰ ਪਾਸੇ ਕਰ ਲੈ ਨਾਲੇ ਤੂੰ ਸਾਡੇ ਇਧਰਲੇ ਪਾਸੇ ਕੰਮ ਹੋ ਜੇ ਮੈਂ ਤੈਨੂੰ ਕਹਿ ਤਾਂ ਦਿੱਤਾ ਵੀ ਭਾਈ ਮੇਰਾ ਮੁੰਡਾ ਨਹੀਂ ਇਦੋਂ ਬਾਅਦ ਆਉਂਦਾਗਾ ਮੇਰੀ ਵੀ ਗੱਲ ਸੁਣ ਲੈ ਮੈਂ ਵੀ ਤੇਰਾ ਕੁਛ ਲੱਗਦਾ ਤੂੰ ਵੀ ਕੁਛ ਲੱਗਦੀ ਹੈ ਮੈਂ ਇਹੀ ਕਹਿਣਾ ਵੀ ਸਾਡੀ ਵੀ ਇੱਜ਼ਤ ਰਹੇ ਤੁਹਾਡੀ ਵੀ ਇੱਜ਼ਤ ਰਹੇ ਹੱਲ ਹੱਲ ਕਰਦੀ ਤੁਰੀ ਫਿਰਦੀ ਹੈ ਸਾਰੇ ਪਿੰਡ 'ਚ ਥੂ ਥੂ ਕਰਾ ਰੱਖੀ ਹੈ ਵੀ ਕੋਈ ਤਾਂ ਸੁਣ ਲਓ ਮੇਰੀ ਭਾਈ ਜਿਵੇਂ ਮਰਜ਼ੀ ਕਰੋ ਤੁਸੀਂ ਜਾਣੋ ਤੁਹਾਡੀ ਉਹ ਧੀ ਜਾਣੇ ਚੱਲ ਕੋਈ ਨਹੀਂ ਤੂੰ ਨਾ ਕੁਛ ਕਹੀਂ ਆ ਆਪਦੇ ਮੁੰਡੇ ਨੂੰ ਸੰਭਾਲ ਹੁਣ ਦੇਖੀ ਜਾਊ ਜਿਹੜੀ ਹੋਊ ਮੇਰੇ ਨਾਲ ਤਾਂ ਕੋਈ ਨਹੀਂ ਮੈਂ ਆਪਦੇ ਨੂੰ ਸੰਭਾਲ ਲੂੰਗੀ ਤੂੰ ਜਾ ਆਪਦੇ ਘਰੇ ਹੁਣ ਠੀਕ ਹੈ ਆ ਗਿਆ ਮੂੰਹ ਚੱਕ ਕੇ ਇੱਥੇ ਮੇਰੇ ਕੋਲੇ ਜਨਾਨੀ ਤਾਂ ਸਾਂਭੀ ਨਹੀਂ ਆਉਂਦੀ ਨਾ ਉਹਦੇ ਤੇ ਰੋ ਰੋ ਆ ਇੱਥੇ ਮੇਰੇ ਕੋਲ ਲੱਗ ਗਿਆ ਆ ਕੇ ਬੋਲਣ